ਹਵੇਲੀ 'ਚ ਆਏ ਹੋਏ ਹਾਂ। ਹਵੇਲੀ ਜਿਹੜੀ ਜੰਡਿਆਲਾ ਗੁਰੂ ਕੋਲ ਹੈ, ਅੰਮ੍ਰਿਤਸਰ ਦੇ ਕੋਲ, ਅਤੇ ਅਸੀਂ ਉਸ ਹਿੱਸੇ ਵਿੱਚ ਆਏ ਹਾਂ ਜਿੱਥੇ ਇਹਨਾਂ ਨੇ ਕੁਝ ਵਿਸ਼ੇਸ਼ ਵਿਅਕਤੀਆਂ ਦੀਆਂ ਫੋਟੋ ਵੀ ਲਾਈਆਂ ਹੋਈਆਂ ਔਰ ਕੁਝ ਸਾਜ਼ ਰੱਖੇ ਹੋਏ ਇਹਨਾਂ ਨੇ। ਵੀਰ ਜੀ, ਕਿਹੜਾ ਕਿਹੜਾ ਸਾਜ਼ ਹੈ? ਇੱਕ ਤਾਂ ਤਾਨਪੁਰਾ ਹੋ ਗਿਆ, ਤਾਨਪੁਰਾ ਹੋ ਗਿਆ, ਦਿਖਾਇਓ ਪਰਮਜੋਤ, ਤੁਸੀਂ ਦਿਖਾਇਓ ਉਹਨਾਂ ਨੂੰ ਸਾਜ਼ ਦਿਖਾਇਓ, ਉਹ ਤਾਨਪੁਰਾ ਔਰ ਰਬਾਬ ਉੱਪਰ ਸਰਗਮ ਲਿਖੀ ਹੋਈ ਸਾਰੀ ਬਾ ਮਾ ਪਾ ਥਾ ਰੇ ਗਾ ਮਾ ਪਾ ਥਾ ਸਾ। ਸੋ ਇਹ ਤੁੰਬੀ ਹੈ, ਨਾਲ ਉਹ ਕੀ ਹੈ, ਸ਼ਹਿਨਾਈ, ਸ਼ਹਿਨਾਈ ਟਾਈਪ ਦੀ ਹੈ ਨਾ, ਸ਼ਹਿਨਾਈ ਅਲਗੋਜੇ, ਹਾਂ ਅਲਗੋਜੇ ਪਏ ਅਤੇ ਲਿਖਿਆ ਵੀ ਇਹਨਾਂ ਤੁੰਬੀ ਲਿਖੀ ਹੈ ਅਤੇ ਇਹਨੇ ਲਿਖਿਆ, ਉਹਨਾਂ ਨੂੰ ਆਪ ਨੂੰ ਵੀ ਪਤਾ ਹੋਣਾ ਨਾ ਕੀ ਹੈ। ਅਤੇ ਇਹ ਸਾਰੰਗੀ, ਇਹ ਬਾਂਸਰੀਆਂ, ਇਹ ਚਮਕਾ, ਇਹ ਮੇਰਾ ਖਿਆਲ ਉਹ ਭੰਗੜੇ ਦੇ ਨਾਲ ਪਾਉਂਦੇ ਹੁੰਦੇ ਹੈ ਨਾ, ਕੁਛ ਕਰਦੇ ਹੁੰਦੇ, ਪਰਲੀਆਂ ਬੀਨ, ਹਾਂ ਦੋ ਬੀਨਾਂ ਪਈਆਂ, ਅਤੇ ਉਹ ਕੀ ਹੈ ਸਾਜ, ਬੁਕਚੂ, ਬੁਕਚੂ, ਬੁਕਚੂ ਕਹਿੰਦੇ ਹੋ ਨਾ। ਇਹ ਸਾਡੇ ਜਸਪਾਲ ਸਿੰਘ ਜੀ ਉਸਤਾਦ ਜੀ ਬੱਚਿਆਂ ਨੂੰ ਸਿਖਾਉਂਦੇ ਹੈ, ਵੀਰ ਜੀ ਦੇ ਕਜ਼ਨ ਵੀ ਹੈ, ਸਾਡੇ ਉਸਤਾਦ ਵੀ ਹੈ, ਬਹੁਤ ਸਾਰੇ ਬੱਚੇ ਇਹਨਾਂ ਕੋਲ ਵੀ ਸਿੱਖਦੇ ਸਿੱਖਦੇ ਜੀ ਵੀ ਆ ਗਏ। ਤੋ ਅੱਗੇ ਪਚਲੀਏ ਜੀ, ਉਹ ਤਵੇ, ਇਹਨਾਂ ਨੂੰ ਤਵੇ ਕਹਿੰਦੇ ਨਹੀਂ ਸੀਗੇ ਰਿਕਾਰਡ, ਹੁਣ ਤਾਂ ਯੁੱਗ ਬਦਲ ਗਿਆ, ਹੁਣ ਤਾਂ ਤਵੇ ਖਤਮ ਹੋ ਗਏ, ਉਹ ਸੀੜੀਆਂ ਕੈਸਟਾਂ ਪਈਆਂ, ਕੈਸਟਾਂ ਖਤਮ ਹੋ ਗਈਆਂ, ਪਹਿਲਾਂ ਪੱਥਰ ਦੇ ਅੰਦਰ ਹੁੰਦੇ ਸੀਗੇ ਰਿਕਾਰਡ ਜਿਹੜੇ ਤਵੇ, ਫਿਰ ਮੁੜ ਕੇ ਪਲਾਸਟਿਕ ਦੇ ਆ ਗਏ। ਪਰ ਜੋ ਇਹ ਇੱਕ ਸਾਜ਼ ਹੈ, ਇਹ ਮਾਊਥ ਆਰਗਨ ਹੈ ਨਾ, ਉਹ ਡੁਗਡੁਗੀ ਜਿਹਨੂੰ ਵੈਸੇ ਡੁਗਡੁਗੀ ਕਹਿੰਦੇ ਉਹਨਾਂ ਕੋਲ, ਡਮਰੂ, ਡਮਰੂ ਜਿਹੜੇ ਢਾਡੀ ਸਿੰਘ ਵਜਾਉਂਦੇ ਆ, ਢੱਡ ਢੱਡ ਢੱਡ, ਆਹ ਉਰਲੇ ਢੱਡ ਆ ਜਿਹੜੀ ਨਾ, ਉਹ ਡਮਰੂ ਆ, ਇਹ ਢੱਡ ਉਰਲੇ ਨਾ ਜਿੱਥੇ ਆਪ ਉਹ ਲੈਂਦੇ ਨਾ, ਉੱਥੇ ਇਹ ਡਮਰੂ ਹੈ, ਇਹ ਢੱਡ, ਇਹ ਢੱਡ, ਅਤੇ ਆਹ ਆ ਗਈਆਂ ਕੈਸਟਾਂ, ਅਤੇ ਇਹ ਗ੍ਰਾਮੋਫੋਨ, ਗ੍ਰਾਮੋਫੋਨ ਇਹਦੇ ਵਿੱਚ ਰਿਕਾਰਡ ਲਾ ਕੇ ਇਹਨੂੰ, ਉਹ ਮਸ਼ੀਨ ਹੈ ਜਿਹੜੀ ਉਹਦੇ ਵਿੱਚ ਨਾ ਉਹ ਭਰੀ ਜਾਂਦੀ ਸੀਗੀ, ਮਗਰ ਉਹ ਤਵੇ ਰੱਖਣ ਜਗ੍ਹਾ ਹੈਗੀ, ਥੱਲੇ ਕਰਦੇ ਨਾ, ਹਾਂਜੀ ਉਹਨੂੰ ਫੰਦਰ ਕਹਿੰਦੇ ਆ, ਫੰਦਰ ਜੀ, ਫੰਦਰ, ਫੰਦਰ ਉਹਨੂੰ ਘੁਮਾਉਣਾ, ਗ੍ਰਾਮੋਫੋਨ ਲਿਖਿਆ ਵੀ ਇੱਥੇ ਜੀ, ਫੰਦਰ ਘੁਮਾਉਣਾ, ਅਤੇ ਉਹਨੇ ਫਿਰ ਰਿਕਾਰਡ ਨੇ ਉਹਦੇ ਨਾਲ ਚੱਲਣਾ, ਉਦੋਂ ਅੱਜ ਵਾਲਿਆ ਤਾਂ ਇਹ ਤਾਂ ਖਤਮ ਹੀ ਹੋ ਗਿਆ ਵਿਚਾਰਾ, ਨੀਡਲ ਹੁੰਦੀ ਸੀਗੀ, ਹਾਂ ਨੀਡਲ ਲਾਉਣੀ, ਸੂਈ ਲਾਉਣੀ, ਉਹ ਰਿਕਾਰਡ ਦੇ ਉੱਤੇ ਜਦੋਂ ਰਿਕਾਰਡ ਨੂੰ ਚੁਬਣੀ, ਸੂਖਸ਼ਮ ਹੋ ਗਈ ਲਗਾਉਣੀ, ਪੁੰਜ ਵੀ ਬੰਦੇ ਨੇ ਜਦੋਂ ਸੂਈ ਚੁਬਦੀ ਤਾਂ ਰੋਂਦਾ ਨਾ ਜੀ, ਅਤੇ ਇਹ ਰਿਕਾਰਡ ਜਿਹੜਾ ਸੀਗਾ ਇਹ ਸੁਣਾਉਂਦਾ, ਗੀਤ ਸੁਣਾਉਂਦਾ ਸੀਗਾ, ਪਰ ਗੀਤ ਗਾਉਂਦੇ ਰਹਿਣਾ ਚਾਹੀਦਾ ਚੁਬਣ ਜਿੰਨੀ ਮਰਜ਼ੀ ਹੋ। ਇੱਧਰ ਕੁਝ ਪੰਜਾਬ ਦੇ ਸਿੰਗਰਾਂ ਦੀਆਂ ਦਿਖਾਓ ਜੀ, ਬਾਹਰਲੇ ਵੀ ਨੇ, ਹਾਂ ਉਹ ਜਿਹੜੀ ਬੀਬੀ ਗੁਰਮੀਤ ਬਾਵਾ, ਗੁਰਮੀਤ ਬਾਵਾ ਪੰਜਾਬ ਦੀ ਬੜੀ ਪ੍ਰਸਿੱਧ ਕਲਾਕਾਰ ਸੀ, ਅਤੇ ਇੱਧਰ ਬਿੰਦ ਰੱਖੀਆ ਵੀ ਹੈ, ਸੁਰਿੰਦਰ ਸ਼ਿੰਦਾ, ਸੁਰਿੰਦਰ ਸ਼ਿੰਦਾ ਹੁਣੇ ਹੀ ਚਲੇ ਗਏ, ਥੋੜ੍ਹਾ ਸਮਾਂ ਹੋਇਆ, ਨੂਰਜਹਾਂ, ਨੂਰਜਹਾਂ ਵੀ ਪਾਕਿਸਤਾਨ ਦੀ ਬੜੀ ਮਸ਼ਹੂਰ ਗਾਇਕ, ਅੱਗੇ ਮੇਰਾ ਖਿਆਲ ਨੂਰੀ ਦੀ ਫੋਟੋ, ਅਮਨ ਨੂਰ ਦੀ ਹੈ, ਬੜੇ ਗੁਲਾਮ ਅਲੀ ਖਾਨ ਸਾਹਿਬ, ਉਹ ਫਿਲਹਾਲ ਹੈ ਬੜੇ ਗੁਲਾਮ ਅਲੀ ਖਾਨ ਸਾਹਿਬ ਦੀ ਫੋਟੋ, ਅੱਜ ਅਲਮਾਰੀ ਪਈ ਹੋਈ ਆਮ ਘਰਾਂ ਵਿੱਚ ਹੁੰਦੀ ਹੁੰਦੀ ਸੀ, ਅਲਮਾਰੀ ਦਿਖਾਓ ਪਰ ਸੰਦੂਕ, ਇਹ ਦਾਜ ਵਿੱਚ ਦਿੰਦੇ ਹੁੰਦੇ ਸੀ ਸੰਦੂਕ, ਹੈ ਨਾ, ਦਾਜ ਵਿੱਚ ਦੇਣਾ ਸੰਦੂਕ, ਉਸਤਾਦ ਜੀ, ਸਤਿ ਸ੍ਰੀ ਅਕਾਲ ਜੀ, ਸਾਡੇ ਉਸਤਾਦ ਜੀ, ਉਸਤਾਦ ਜਸਵੰਤ ਸਿੰਘ ਭਵਰਾ ਜੀ, ਹੋਰ ਵੀ ਉੱਪਰ ਰਾਜਸਥਾਨੀ ਸਾਹਿਬ, ਇਹ ਵੀ ਪੰਜਾਬੀ ਸੀ, ਬੜੇ ਵੱਡੇ ਰਾਈਟਰ ਵੀ ਹੋਏ ਹੈ, ਫਿਲਮਕਾਰ, ਨਾਟਕਕਾਰ ਕਰਤਾਰ ਦਾਰਾ ਸਿੰਘ, ਗੁਰਚਰਨ ਸਿੰਘ, ਅੱਛਾ ਅੱਛਾ, ਭਾਈ ਮੰਨਾ ਸਿੰਘ ਦੇ ਨਾਂ ਦੇ ਨਾਲ ਬੜੇ ਮਸ਼ਹੂਰ ਸੀਗੇ, ਨਾਟਕਕਾਰ ਸੀਗੇ ਬੜੇ ਵੱਡੇ, ਇਹਨਾਂ ਦਾ ਮੈਂ ਬਚਪਨ 'ਚ ਸਾਡੇ ਸਕੂਲ ਦੇ ਵਿੱਚ ਇੱਕ ਇਹਨਾਂ ਨੂੰ ਬੁਲਾਇਆ ਸੀਗਾ, ਸਰਦਾਰ ਗੁਰਦਿਆਲ ਸਿੰਘ ਫੁੱਲ, ਅਤੇ ਉਹਨਾਂ ਦਾ ਇੱਕ ਨਾਟਕ ਖੇਡਿਆ ਗਿਆ ਸੀਗਾ ਨਾਨਕ ਨਾਮ ਸਮਾਲ ਤੋਂ, ਮੈਨੂੰ ਅਜੇ ਤੱਕ ਵੀ ਯਾਦ, ਦੋ ਡਰਾਮੇ ਖੇਡੇ ਸੀਗੇ ਇਹਨਾਂ ਨੇ, ਨਾਟਕ ਖੇਡੇ ਸੀਗੇ, ਬੜਾ ਮਜ਼ਾ ਆਇਆ ਉਸ ਵੇਲੇ ਬਚਪਨ 'ਚ, ਮੈਂ ਉਦੋਂ 8ਵੀਂ ਜਮਾਤ 'ਚ ਪੜ੍ਹਦਾ ਸੀ, ਬੜੀ ਪੁਰਾਣੀ ਗੱਲ ਹੈ, ਚਲੇ ਗਏ ਕਈ ਲੋਕ ਜੀ, ਝੌਂਪੜੀ ਹੈ ਜੀ ਉੱਪਰ ਕਾਨੇ ਜੀ, ਹਾਂ ਇਹ ਝੌਂਪੜੀ ਹੈ ਜੀ,
ਅਸਲ ਮੁੰਡੇ ਇੱਥੇ ਬਹੁਤ ਸੁਰੀਲਾ ਗਾਉਂਦੇ ਨੇ ਅੱਛਾ ਲੋਕ ਇਹਨਾਂ ਦਾ ਤੁਹਾਡੇ ਫੈਨ ਨੇ ਸਾਰੇ ਕੀ ਹਾਲ ਬੇਟਾ ਠੀਕ ਹੈ ਦੇਖੋ ਇਹ ਇਹ ਇੱਥੇ ਕਲਾਕਾਰ ਹੈ ਬੱਚੇ ਸੁਰੀਲਾ ਗਾਉਂਦੇ ਨੇ ਗਾਣਾ ਮਨੋਰੰਜਨ ਕਰਦੇ ਆ ਸੁਰੀਲਾ ਗਾਉਂਦੇ ਆ ਗੀਤ ਸੁਣ ਕਹਿ ਰਹੇ ਉਹਨਾਂ ਨੂੰ ਸੁਣੇ ਸੂਫੀ ਗਾਉਂਦੇ ਨੇ ਹਾਂਜੀ ਸੂਫੀ ਤੇ ਵਾਹ 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 ਖੁਸ਼ ਰਹੋ ਠੀਕ ਹੋ ਠੀਕ ਹੈ